ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਜੋ ਇਹਨਾਂ ਦਿਨਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਖੂਬ ਸੁਰਖੀਆਂ 'ਚ ਬਣੀ ਹੋਈ ਹੈ ਕਿਉਂਕਿ ਉਹਨਾਂ ਨੂੰ ਮੰਡੀ ਤੋਂ ਲੋਕ ਸਭਾ ਚੋਣਾਂ ਲਈ ਭਾਜਪਾ ਨੇ ਉਮੀਦਵਾਰ ਚੁਣਿਆ ਪਰ ਕੰਟਰੋਵਰਸੀ ਕੁਈਨ ਦੇ ਨਾਲ ਇੱਕ ਹੋਰ ਵਿਵਾਦ ਜੁੜ ਗਿਆ ਉਹ ਹੈ ਬੀਫ ਖਾਣ ਦਾ ਕੁਝ ਦਿਨ ਪਹਿਲਾਂ ਕੰਗਨਾ ਦਾ ਟਵੀਟ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਸੀ ਜਿਸ 'ਚ ਉਹ ਬੀਫ ਖਾਣ ਦਾ ਜ਼ਿਕਰ ਕਰਦੀ ਹੈ ਪਰ ਹੁਣ ਕੰਗਨਾ ਨੇ ਆਪਣੇ ਬੀਫ ਖਾਣ ਦੀਆਂ ਅਫਵਾਹਾਂ ਨੂੰ ਫੈਲਾਉਣ ਵਾਲਿਆਂ ਨੂੰ ਜ਼ੋਰਦਾਰ ਫਟਕਾਰ ਲਗਾਈ ਹੈ ਕੰਗਨਾ ਨੇ ਟਵੀਟ ਕੀਤਾ ਹੈ ਕਿ ਮੈਂ ਬੀਫ ਜਾਂ ਕੋਈ ਵੀ ਰੈੱਡ ਮੀਟ ਨਹੀਂ ਖਾਉਂਦੀ ਇਹ ਸ਼ਰਮਨਾਕ ਹੈ ਮੇਰੇ ਬਾਰੇ 'ਚ ਇਹ ਪੂਰੀ ਤਰ੍ਹਾਂ ਬੇਬੁਨਿਆਦ ਗੱਲਾਂ ਫੈਲਾਈਆਂ ਜਾ ਰਹੀਆਂ ਨੇ ਮੈਂ ਕਈ ਸਾਲਾਂ ਤੋਂ ਯੋਗਿਕ ਅਤੇ ਆਯੁਰਵੈਦਿਕ ਜੀਵਨ ਸ਼ੈਲੀ ਦਾ ਪ੍ਰਚਾਰ ਕਰ ਰਹੀ ਹਾਂ ਹੁਣ ਅਜਿਹੀਆਂ ਰਣਨੀਤੀਆਂ ਮੇਰੀ ਛਵੀ ਨੂੰ ਖਰਾਬ ਕਰਨ ਲਈ ਕੰਮ ਨਹੀਂ ਆਉਣਗੀਆਂ ਮੇਰੇ ਫੈਨਸ ਮੈਨੂੰ ਜਾਣਦੇ ਨੇ ਕਿ ਉਹ ਇੱਕ ਹਿੰਦੂ ਹੈ ਕੋਈ ਵੀ ਖਬਰ ਜਾਂ ਅਫਵਾਹ ਉਹਨਾਂ ਨੂੰ ਗੁੰਮਰਾਹ ਨਹੀਂ ਕਰ ਸਕਦੀ ਜੈ ਸ਼੍ਰੀ ਰਾਮ ਦਰਅਸਲ ਕੰਗਨਾ ਆਪਣੇ ਪੁਰਾਣੇ ਟਵੀਟ ਕਾਰਨ ਇਸ ਵਿਵਾਦ ਦੇ ਵਿੱਚ ਆਏ ਜਿਸ ਦੇ ਵਿੱਚ ਉਸਨੇ ਲਿਖਿਆ ਸੀ ਕਿ ਬੀਫ ਜਾਂ ਕੋਈ ਵੀ ਰੈੱਡ ਮੀਟ ਖਾਣਾ ਕੋਈ ਬੁਰਾਈ ਨਹੀਂ ਹੈ ਇਹ ਧਰਮ ਦੀ ਗੱਲ ਨਹੀਂ ਹੈ ਇਹ ਵੀ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਮੈਂ 8 ਸਾਲ ਪਹਿਲਾਂ ਸ਼ਾਕਾਹਾਰੀ ਬਣ ਗਈ ਸੀ ਅਤੇ ਯੋਗੀ ਬਣਨ ਦਾ ਫੈਸਲਾ ਕੀਤਾ ਸੀ ਉਹ ਅਜੇ ਵੀ ਸਿਰਫ ਇੱਕ ਧਰਮ ਨੂੰ ਨਹੀਂ ਮੰਨਦੀ ਜਦਕਿ ਉਸਦਾ ਭਰਾ ਮਾਸ ਖਾਂਦਾ ਹੈ ਹਾਲਾਂਕਿ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਹਿਮਾਚਲ 'ਚ ਬੀਫ ਤੇ ਸਿਆਸਤ ਖੇਡੀ ਜਾ ਰਹੀ ਹੈ ਕਿਉਂਕਿ ਹਿਮਾਚਲ ਦੇ ਲੋਕ ਨਿਰਮਾਣ ਮੰਤਰੀ ਵਿਕਰਮ ਆਦਿੱਤ ਨੇ ਕੰਗਨਾ ਦਾ ਨਾਂ ਲਏ ਬਿਨਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਹੈ ਕਿ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਹਿਮਾਚਲ 'ਚ ਬੀਫ ਤੇ ਸਿਆਸਤ ਖੇਡੀ ਜਾ ਰਹੀ ਹੈ ਕਿਉਂਕਿ ਹਿਮਾਚਲ ਦੇ ਲੋਕ ਨਿਰਮਾਣ ਮੰਤਰੀ ਵਿਕਰਮ ਆਦਿੱਤ ਨੇ ਕੰਗਨਾ ਦਾ ਨਾਂ ਲਏ ਬਿਨਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਕਿ ਹਿਮਾਚਲ ਪ੍ਰਦੇਸ਼ ਦੇਵੀ ਦੇਵਤਿਆਂ ਦਾ ਪਵਿੱਤਰ ਸਥਾਨ ਹੈ ਇਹ ਉਹ ਦੇਵ ਭੂਮੀ ਹੈ ਜਿੱਥੇ ਬੀਫ ਖਾਣ ਵਾਲੇ ਚੋਣ ਲੜਦੇ ਨੇ ਇਹ ਸਾਡੇ ਸੱਭਿਆਚਾਰ ਲਈ ਚਿੰਤਾ ਦਾ ਵਿਸ਼ਾ ਹੈ ਜਿਸਦਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਹੁਣ ਆਪਣੇ ਖਿਲਾਫ ਉੱਠ ਰਹੇ ਵਿਵਾਦਾਂ ਤੋਂ ਬਾਅਦ ਕੰਗਨਾ ਨੇ ਹੁਣ ਇਸ ਮੁੱਦੇ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਜੋ ਇਹਨਾਂ ਦਿਨਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਖੂਬ ਸੁਰਖੀਆਂ 'ਚ ਬਣੀ ਹੋਈ ਹੈ ਕਿਉਂਕਿ ਉਹਨਾਂ ਨੂੰ ਮੰਡੀ ਤੋਂ ਲੋਕ ਸਭਾ ਚੋਣਾਂ ਲਈ ਭਾਜਪਾ ਨੇ ਉਮੀਦਵਾਰ ਚੁਣਿਆ ਪਰ ਕੰਟਰੋਵਰਸੀ ਕੁਈਨ ਦੇ ਨਾਲ ਇੱਕ ਹੋਰ ਵਿਵਾਦ ਜੁੜ ਗਿਆ ਉਹ ਹੈ ਬੀਫ ਖਾਣ ਦਾ ਕੁਝ ਦਿਨ ਪਹਿਲਾਂ ਕੰਗਨਾ ਦਾ ਟਵੀਟ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਸੀ ਜਿਸ 'ਚ ਉਹ ਬੀਫ ਖਾਣ ਦਾ ਜ਼ਿਕਰ ਕਰਦੀ ਹੈ ਪਰ ਹੁਣ ਕੰਗਨਾ ਨੇ ਆਪਣੇ ਬੀਫ ਖਾਣ ਦੀਆਂ ਅਫਵਾਹਾਂ ਨੂੰ ਫੈਲਾਉਣ ਵਾਲਿਆਂ ਨੂੰ ਜ਼ੋਰਦਾਰ ਫਟਕਾਰ ਲਗਾਈ ਹੈ ਕੰਗਨਾ ਨੇ ਟਵੀਟ ਕੀਤਾ ਹੈ ਕਿ ਮੈਂ ਬੀਫ ਜਾਂ ਕੋਈ ਵੀ ਰੈੱਡ ਮੀਟ ਨਹੀਂ ਖਾਉਂਦੀ ਇਹ ਸ਼ਰਮਨਾਕ ਹੈ ਮੇਰੇ ਬਾਰੇ 'ਚ ਇਹ ਪੂਰੀ ਤਰ੍ਹਾਂ ਬੇਬੁਨਿਆਦ ਗੱਲਾਂ ਫੈਲਾਈਆਂ ਜਾ ਰਹੀਆਂ ਨੇ ਮੈਂ ਕਈ ਸਾਲਾਂ ਤੋਂ ਯੋਗਿਕ ਅਤੇ ਆਯੁਰਵੈਦਿਕ ਜੀਵਨ ਸ਼ੈਲੀ ਦਾ ਪ੍ਰਚਾਰ ਕਰ ਰਹੀ ਹਾਂ ਹੁਣ ਅਜਿਹੀਆਂ ਰਣਨੀਤੀਆਂ ਮੇਰੀ ਛਵੀ ਨੂੰ ਖਰਾਬ ਕਰਨ ਲਈ ਕੰਮ ਨਹੀਂ ਆਉਣਗੀਆਂ ਮੇਰੇ ਫੈਨਸ ਮੈਨੂੰ ਜਾਣਦੇ ਨੇ ਕਿ ਉਹ ਇੱਕ ਹਿੰਦੂ ਹੈ ਕੋਈ ਵੀ ਖਬਰ ਜਾਂ ਅਫਵਾਹ ਉਹਨਾਂ ਨੂੰ ਗੁੰਮਰਾਹ ਨਹੀਂ ਕਰ ਸਕਦੀ ਜੈ ਸ਼੍ਰੀ ਰਾਮ ਦਰਅਸਲ ਕੰਗਨਾ ਆਪਣੇ ਪੁਰਾਣੇ ਟਵੀਟ ਕਾਰਨ ਇਸ ਵਿਵਾਦ ਦੇ ਵਿੱਚ ਆਏ ਜਿਸ ਦੇ ਵਿੱਚ ਉਸਨੇ ਲਿਖਿਆ ਸੀ ਕਿ ਬੀਫ ਜਾਂ ਕੋਈ ਵੀ ਰੈੱਡ ਮੀਟ ਖਾਣਾ ਕੋਈ ਬੁਰਾਈ ਨਹੀਂ ਹੈ ਇਹ ਧਰਮ ਦੀ ਗੱਲ ਨਹੀਂ ਹੈ ਇਹ ਵੀ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਮੈਂ 8 ਸਾਲ ਪਹਿਲਾਂ ਸ਼ਾਕਾਹਾਰੀ ਬਣ ਗਈ ਸੀ ਅਤੇ ਯੋਗੀ ਬਣਨ ਦਾ ਫੈਸਲਾ ਕੀਤਾ ਸੀ ਉਹ ਅਜੇ ਵੀ ਸਿਰਫ ਇੱਕ ਧਰਮ ਨੂੰ ਨਹੀਂ ਮੰਨਦੀ ਜਦਕਿ ਉਸਦਾ ਭਰਾ ਮਾਸ ਖਾਂਦਾ ਹੈ ਹਾਲਾਂਕਿ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਹਿਮਾਚਲ 'ਚ ਬੀਫ ਤੇ ਸਿਆਸਤ ਖੇਡੀ ਜਾ ਰਹੀ ਹੈ ਕਿਉਂਕਿ ਹਿਮਾਚਲ ਦੇ ਲੋਕ ਨਿਰਮਾਣ ਮੰਤਰੀ ਵਿਕਰਮ ਆਦਿੱਤ ਨੇ ਕੰਗਨਾ ਦਾ ਨਾਂ ਲਏ ਬਿਨਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਹੈ ਕਿ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਹਿਮਾਚਲ 'ਚ ਬੀਫ ਤੇ ਸਿਆਸਤ ਖੇਡੀ ਜਾ ਰਹੀ ਹੈ ਕਿਉਂਕਿ ਹਿਮਾਚਲ ਦੇ ਲੋਕ ਨਿਰਮਾਣ ਮੰਤਰੀ ਵਿਕਰਮ ਆਦਿੱਤ ਨੇ ਕੰਗਨਾ ਦਾ ਨਾਂ ਲਏ ਬਿਨਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ
ਲਿਖਿਆ ਕਿ ਹਿਮਾਚਲ ਪ੍ਰਦੇਸ਼ ਦੇਵੀ ਦੇਵਤਿਆਂ ਦਾ ਪਵਿੱਤਰ ਸਥਾਨ ਹੈ। ਇਹ ਉਹ ਦੇਵ ਭੂਮੀ ਹੈ ਜਿੱਥੇ ਬੀਫ ਖਾਣ ਵਾਲੇ ਚੋਣ ਲੜਦੇ ਨੇ। ਇਹ ਸਾਡੇ ਸੱਭਿਆਚਾਰ ਲਈ ਚਿੰਤਾ ਦਾ ਵਿਸ਼ਾ ਹੈ ਜਿਸਦਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਤੇ ਹੁਣ ਆਪਣੇ ਖਿਲਾਫ ਉੱਠ ਰਹੇ ਵਿਵਾਦਾਂ ਤੋਂ ਬਾਅਦ ਕੰਗਨਾ ਨੇ ਹੁਣ ਇਸ ਮੁੱਦੇ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।